ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਕਲੇਅਰ ਫੈਮਿਲੀ ਵਲੌਗ, ਆਪਾਂ ਇਸ ਤਰ੍ਹਾਂ ਬਣ ਲਈਆਂ ਪਕੌੜੀਆਂ ਅਤੇ ਆਪਾਂ ਲਸਣ ਪਿਆਜ ਫਰਾਈ ਕਰ ਲਈਆਂ ਸਾਰੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਕਲੇਅਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹੋਰ ਸੁਣਾਓ ਜੀ, ਕੀ ਹਾਲ ਚਾਲ ਨੇ? ਮੈਂ ਠੀਕ ਹਾਂ ਜੀ। ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ, ਖੁਸ਼ ਹੋਵੋਗੇ, ਖੁਸ਼ਹਾਲ ਹੋਵੋਗੇ ਅਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ। ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖਣ। ਲਓ ਜੀ, ਸ਼ਾਮ ਦਾ ਟਾਈਮ ਆ, ਆਪਾਂ ਹੁਣ ਸ਼ਾਮ ਦੀ ਸਬਜ਼ੀ ਦੀ ਕਰਦੇ ਹਾਂ ਤਿਆਰੀ ਅਤੇ ਆਪਾਂ ਨਾ ਹੁਣ ਬਣਾਵਾਂਗੇ ਅੱਜ ਘਰ ਬੱਟੀਆਂ ਪਕੌੜੀਆਂ ਦੀ ਸਬਜ਼ੀ। ਚਲੋ ਜੀ, ਅੱਜ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਕਿਸ ਤਰ੍ਹਾਂ ਆਪਾਂ ਪਹਿਲਾਂ ਪਕੌੜੀਆਂ ਵੱਟਾਂਗੇ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਫਰਾਈ ਕਰਾਂਗੇ, ਫਿਰ ਸਬਜ਼ੀ ਬਣਾਵਾਂਗੇ। ਚਲੋ ਜੀ, ਕਿਚਨ 'ਚ ਚੱਲਦੇ ਹਾਂ ਅਤੇ ਦੇਖਦੇ ਆਪਾਂ ਉਹਦੇ ਲਈ ਕੀ ਲੈਂਦੇ ਹਾਂ। ਵੈਸੇ ਤਾਂ ਬੇਸਣ ਦੀਆਂ ਬਣਦੀਆਂ ਨੇ ਇਹ, ਤਾਂ ਉਹਦੇ ਵਿੱਚ ਆਪਣੀ ਮਰਜ਼ੀ ਦੇ ਆਪਾਂ ਮਸਾਲੇ ਨੇ ਜਿਹੜੇ ਉਹ ਐਡ ਕਰ ਸਕਦੇ ਹਾਂ। ਚਲੋ ਜੀ, ਕਰਦੇ ਹਾਂ ਫਿਰ ਅੱਜ ਤੁਹਾਡੇ ਨਾਲ ਸ਼ੇਅਰ, ਕਿਚਨ 'ਚ ਚੱਲਦੇ ਹਾਂ। ਛਾਣ ਲਿਆ ਆਪਾਂ ਬੇਸਣ, ਉਹ ਆਪਣੀ ਮਰਜ਼ੀ ਨਾਲ ਲੈ ਸਕਦੇ ਜਿੰਨੇ ਤੁਹਾਡੀ ਫੈਮਿਲੀ ਆ, ਹੈ ਨਾ। ਇਹ ਕੌਲੀ ਤੋਂ ਘੱਟ ਹੀ ਹੋਊਗਾ। ਅਤੇ ਇੱਧਰ ਆਪਾਂ ਮਸਾਲੇ ਲਏ ਨੇ, ਜਿਵੇਂ ਜੀਰਾ ਹੋ ਗਿਆ, ਥੋੜ੍ਹੀ ਜਿਹੀ ਅਜਵਾਇਣ, ਜੇ ਤੁਹਾਡੇ ਕੋਲ ਧਨੀਆ ਤਾਂ ਤੁਸੀਂ ਧਨੀਆ ਹੀ ਪਾਇਓ, ਅਜਵਾਇਣ ਨਾ ਪਾਇਓ, ਹੈ ਨਾ। ਚਲੋ, ਹਾਜ਼ਮਾ ਵਧੀਆ ਹੁੰਦਾ, ਅਜਵਾਇਣ ਨਾਲ ਚੀਜ਼ ਹਾਜ਼ਮਾ ਆ ਜਾਂਦੀ ਹੈ। ਪਰ ਗਰਮ ਹੋਣ ਕਰਕੇ ਬਿਲਕੁਲ ਕੁਆਂਟਿਟੀ ਥੋੜ੍ਹੀ ਲਈ ਆ। ਅਤੇ ਇਹਦੇ ਲਈ ਇੱਕ ਲਈ ਆਪਾਂ ਹਲਦੀ, ਲਾਲ ਮਿਰਚ ਪਾਊਡਰ, ਕਾਲੀ ਮਿਰਚ ਪਾਊਡਰ, ਧਨੀਆ ਪਾਊਡਰ, ਨਮਕ। ਚਲੋ ਜੀ, ਇਹ ਚੀਜ਼ ਆਪਾਂ ਇਹਦੇ ਵਿੱਚ ਕਰ ਦਿੰਦੇ ਹਾਂ ਮਿਕਸ। ਕਸੂਰੀ ਮੇਥੀ ਵੀ ਤੁਸੀਂ ਮਿਕਸ ਕਰਿਓ ਜ਼ਰੂਰ, ਕਿਉਂਕਿ ਉਹਦਾ ਟੇਸਟ ਵੀ ਵਧੀਆ ਆਉਂਦਾ। ਮੇਰੇ ਕੋਲ ਹੈ ਨਹੀਂ ਸੀ ਵਧੀਆ ਇਸ ਟਾਈਮ, ਕਾਫੀ ਪੁਰਾਣੇ ਆ, ਪਰ ਉਹਨੂੰ ਮੈਂ ਨਹੀਂ ਵਰਤਦੀ ਹੈਗੀ। ਚਲੋ, ਜਿਸ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਣਾ। ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਥੋੜ੍ਹਾ ਥੋੜ੍ਹਾ ਕਰਕੇ ਪਾਣੀ ਐਡ ਕਰਕੇ ਇੱਕ ਜਿਹੜਾ ਡੋ ਆ, ਯਾਨੀ ਕਿ ਆਟਾ, ਆਪਾਂ ਤਿਆਰ ਕਰ ਲਵਾਂਗੇ। ਜਿਹੜੇ ਆਪਾਂ ਲੈ ਕੇ ਆਉਣੇ ਪਕੌੜੀਆਂ ਦੁਕਾਨ ਤੋਂ ਜਾਂ ਹੈ ਨਾ ਬਾਜ਼ਾਰ ਵਾਲੀਆਂ, ਉਹ ਵਧੀਆ ਤਾਂ ਹੁੰਦੀਆਂ ਨੇ ਪਰ ਉੰਨੀਆਂ ਵਧੀਆ ਨਹੀਂ ਹੁੰਦੀਆਂ ਜਿੰਨੀਆਂ ਇਹ ਵਧੀਆ ਬਣਦੇ। ਤੁਸੀਂ ਇੱਕ ਵਾਰ ਜ਼ਰੂਰ, ਪੈਸੇ ਬਣਾਉਂਦੀਆਂ ਨੇ ਭੈਣਾਂ, ਬਹੁਤ ਬਣਾਉਂਦੀਆਂ ਨੇ, ਪਰ ਇਹ ਵੀ ਤੁਸੀਂ ਇੱਕ ਵਾਰ ਜਿਹੜੀਆਂ ਭੈਣਾਂ ਨੇ ਨਹੀਂ ਬਣਾਏ ਤਾਂ ਟਰਾਈ ਕਰਿਓ, ਹੈ ਨਾ। ਲਓ ਜੀ, ਇਸ ਤਰ੍ਹਾਂ ਆਪਾਂ ਇਹਦਾ ਪਹਿਲਾਂ ਆਟਾ ਤਿਆਰ ਕਰ ਲਈ। ਕੈਮਰਾ ਮੈਂ ਹੱਥ 'ਚ ਹੀ ਫੜਿਆ ਹੋਇਆ, ਸੈੱਟ ਨਹੀਂ ਕਰਿਆ ਹੋਇਆ। ਆਟਾ ਆਪਾਂ ਗੁੰਨ ਲਿਆ ਇਸ ਤਰ੍ਹਾਂ, ਠੀਕ ਹੈ ਜੀ। ਹੁਣ ਆਪਾਂ ਇਹਦੇ ਵਿੱਚ ਹੀ ਰੱਖ ਲੈਂਦੇ, ਅੰਦਰ ਬਹਿ ਕੇ ਪਕੌੜੀਆਂ ਵੱਟਾਂਗੇ। ਬਸ ਮੈਂ ਇੱਕ ਵਾਰ ਦੱਸ ਵੀ ਦਿੰਦੀ ਹਾਂ ਵੀ ਕਿਸ ਤਰ੍ਹਾਂ ਵੱਟਣੀਆਂ ਨੇ ਇਹ, ਕਿਉਂਕਿ ਬੇਸਣ ਲੈਣਾ ਜ਼ਰੂਰੀ ਹੈ ਜੀ। ਸੁੱਕਾ ਬੇਸਣ ਜਿਵੇਂ ਦਾ ਆਪਾਂ ਆਟਾ ਲੈਂਦੇ ਹਾਂ ਨਾ, ਉੱਦਾਂ ਸੁੱਕਾ ਲੈਣਾ ਜ਼ਰੂਰੀ ਹੈ ਬੇਸਣ, ਨਹੀਂ ਫਿਰ ਚਿਪਕੂ ਬਹੁਤ ਜ਼ਿਆਦਾ। ਬਸ ਇੱਦਾਂ ਇੱਦਾਂ ਕਰਦੇ ਜਾਓ, ਮੋਟੀਆਂ ਪਤਲੀਆਂ, ਜਿਵੇਂ ਪਕੌੜੇ ਬਣਾਉਣੇ ਪਕੌੜੇ ਬਣਾ ਸਕਦੇ, ਪਕੌੜੀਆਂ ਬਣਾਉਣੀ ਨੇ ਉਹ ਤੁਹਾਡੀ ਇੱਛਾ ਗੀ, ਪਕੌੜੀਆਂ ਬਣਾ ਲਓ। ਮੈਂ ਇੱਕ ਵਾਰ, ਮੈਂ ਕਿਹਾ ਚਲੋ ਤੁਹਾਨੂੰ ਦੱਸ ਹੀ ਦੇਵਾਂ, ਵੈਸੇ ਤਾਂ ਸਾਰੀਆਂ ਭੈਣਾਂ ਬਣਾਉਂਦੀਆਂ ਹੀ ਨੇਗੀਆਂ। ਮੈਂ ਇੱਕ ਮਿੰਟ ਚੱਕੂ। ਲਓ ਜੀ, ਉਸ ਤੋਂ ਬਾਅਦ ਬਸ ਇੱਦਾਂ ਕਰ ਦਿਉ। ਵੈਸੇ ਤਾਂ ਆਪਾਂ ਹੱਥ ਨਾਲ ਵੀ ਉਹ ਕਰ ਸਕਦੇ ਹਾਂ, ਪਰ ਇਹਦੇ ਨਾਲ ਨਾ ਸ਼ੇਪ ਸੋਹਣੀ ਹੋ ਜਾਂਦੀ ਇਹਦੀ। ਆਹ ਦੇਖੋ, ਐਂ ਲੱਗੂ ਜਦੋਂ ਆਪਾਂ ਫਰਾਈ ਕਰਾਂਗੇ ਵੀ ਰੇਡੀਮੇਡ ਨੇ। ਆਹ ਦੇਖੋ। ਚਲੋ ਜੀ, ਇੱਦਾਂ ਸਾਰੀਆਂ ਵੱਟ ਕੇ ਫਿਰ ਦਿਖਾਉਂਦੇ। ਸੋ ਆਪਾਂ ਇਸ ਤਰ੍ਹਾਂ ਵੱਟ ਲਈਆਂ ਪਕੌੜੀਆਂ, ਅਤੇ ਆਪਾਂ ਲਸਣ ਪਿਆਜ਼ ਟਮਾਟਰ ਇਹਨੂੰ ਆਪਾਂ ਕੁੰਡੇ ਸੁਲਟੇ ਨਾਲ ਕੁੱਟ ਲੈਂਦੇ ਹਾਂ ਮਸਾਲਾ। ਅਤੇ ਆਹ ਦੇਖੋ, ਪਕੌੜੀਆਂ ਇਸ ਤਰ੍ਹਾਂ ਵੱਟ ਲਈਆਂ। ਲਓ ਜੀ, ਆਪਾਂ ਪਕੌੜੀਆਂ ਜਿਹੜੀਆਂ ਕਰਦੇ ਹਾਂ ਪਹਿਲਾਂ ਫਰਾਈ ਕਰ ਲਈਏ। ਫਿਰ ਆਪਾਂ ਲਾ ਲਾਂਗੇ ਤੜਕਾ,
ਮਸਾਲਾ ਆਪਾਂ ਤਿਆਰ ਕਰ ਲਿਆ। ਫਰਾਈ ਕਰ ਲਈਆਂ ਸਾਰੀਆਂ, ਕਿਉਂਕਿ ਗਰਮ ਗਰਮ ਪਲਾਸਟਿਕ ਦੇ ਪਲੇਟ 'ਚ ਬਿਲਕੁਲ ਬਿਨਾਂ ਕੱਢੋ, ਇਹ ਤੜਕ ਜਾਂਦੀਆਂ ਨੇ ਪਲੇਟਾਂ ਨੇ ਜਿਹੜੀਆਂ, ਹੈ ਨਾ। ਲਓ ਜੀ ਹੁਣ ਆਪਾਂ ਚੈੱਕ ਕਰਦੇ ਹਾਂ ਮਸਾਲਾ, ਮਸਾਲਾ ਜਿਹੜਾ ਬਿਲਕੁਲ ਬਣ ਕੇ ਤਿਆਰ ਆ ਅਤੇ ਇਹਦੇ ਵਿੱਚ ਆਪਾਂ ਜਿਹੜੀਆਂ ਪਕੌੜੀਆਂ ਬਣਾਈਆਂ ਨੇ ਉਹ ਮਿਕਸ ਕਰ ਦਾਂਗੇ। ਆਲੂ, ਵੈਸੇ ਤੁਸੀਂ ਇਹਦੇ ਵਿੱਚ ਇਕੱਲੇ ਪਿਆਜ਼ ਵੀ ਪਾ ਸਕਦੇ ਹੋ, ਆਲੂ ਸਕਿੱਪ ਕਰ ਸਕਦੇ ਹੋ, ਉਹ ਵੀ ਟੇਸਟੀ ਲੱਗਦੇ ਨੇ, ਪਰ ਆਲੂ ਪਾ ਕੇ ਵੀ ਟੇਸਟੀ ਲੱਗਦੇ ਨੇ। ਆਲੂ ਕਾਫੀ ਪਾਏ ਨੇ, ਆਲੂ ਬੱਚਿਆਂ ਨੂੰ ਪਸੰਦ ਨੇਗੇ, ਹੈ ਨਾ, ਅਤੇ ਬਾਕੀ ਕਾਫੀ, ਚਲੋ ਇਹ ਵੀ ਸੁਬਹਾ ਵੀ ਸਰ ਜੂਗਾ, ਹੈ ਨਾ, ਅਤੇ ਆਪਾਂ ਕਾਫੀ ਸਾਰੇ ਆਲੂ ਪਾਏ ਨੇ, ਬੱਚੇ ਤੁਹਾਨੂੰ ਪਤਾ ਹੀ ਆਲੂ ਖੁਸ਼ ਹੋ ਕੇ ਖਾਂਦੇ ਨੇਗੇ। ਚਲੋ ਜੀ ਆਲੂ ਮਿਕਸ ਕਰਦੇ, ਥੋੜ੍ਹਾ ਜਿਹਾ ਬਿਲਕੁਲ ਇਹਦੇ ਵਿੱਚ ਪਾਊਂਗੀ ਪਾਣੀ, ਵੀ ਜਿਹੜਾ ਪੂਰਾ ਪ੍ਰੋਪਰ ਆਪਾਂ ਗ੍ਰੇਵੀ ਬਣਾਉਣੀ, ਥੋੜ੍ਹਾ ਜਿਹਾ ਬਾਅਦ ਦੇ ਵਿੱਚ ਐਡ ਕਰੂੰਗੀ। ਪਹਿਲਾਂ ਇਹ ਵੀ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ, ਜਿਹੜੇ ਪਕੌੜਿਆਂ ਅਤੇ ਆਲੂ ਵਿੱਚ ਜਿਹੜਾ ਮਸਾਲਾ ਉਹ ਚੰਗੀ ਤਰ੍ਹਾਂ ਮਿਕਸ ਹੋ ਜੂਗਾ, ਹੈ ਨਾ। ਉਸ ਤੋਂ ਬਾਅਦ ਜਿੰਨੀ ਗ੍ਰੇਵੀ ਚਾਹੀਦੀ ਹੋਊਗੀ ਉਹ ਪਾਣੀ ਥੋੜ੍ਹੀ ਦੇਰ ਬਾਅਦ ਐਡ ਕਰੂੰਗੀ। ਵੈਸੇ ਹੁਣ ਵੀ ਅੱਜ ਮੈਂ ਕਰਤਾ ਸੀ, ਨਹੀਂ ਮੈਂ ਐਡ ਕਰਦੀ ਨਹੀਂ ਹੁੰਦੀ ਪਾਣੀ, ਕਿਉਂਕਿ ਮੈਂ ਥੋੜ੍ਹਾ ਜਿਹਾ ਵੀਡੀਓ ਦਾ ਕੰਮ ਕਰਨਾ ਸੀਗਾ, ਤਾਂ ਕਰਕੇ ਅੱਜ ਮੈਂ ਥੋੜ੍ਹਾ ਜਿਹਾ ਪਾਣੀ ਐਡ ਕਰਤਾ ਸੀ। ਨਹੀਂ 5-7 ਮਿੰਟ ਇਸ ਤਰ੍ਹਾਂ ਹੀ ਸੇਕ ਲਵਾ ਲੈਂਦੀ ਹੁੰਦੀ ਹਾਂ, ਵੀ ਬਾਅਦ ਦੇ ਵਿੱਚ ਪਾਣੀ ਐਡ ਕਰਦੀ ਹੁੰਦੀ ਹਾਂ, ਪਰ ਅੱਜ ਮੇਰਾ ਥੋੜ੍ਹਾ ਜਿਹਾ ਵੀਡੀਓ ਦਾ ਕੰਮ ਰਹਿੰਦਾ ਸੀ, ਮੈਂ ਕਿਹਾ ਚਲੋ ਥੋੜ੍ਹਾ ਜਿਹਾ ਪਾਣੀ ਐਡ ਕਰ ਹੀ ਦੇ। ਲਓ ਜੀ ਸਬਜ਼ੀ ਰੋਟੀ ਆਪਾਂ ਬਣਾ ਲਈ, ਅੱਜ 7:28 'ਤੇ ਮੈਂ ਬਣਾ ਲਈ ਸੀਗੀ ਰੋਟੀ, ਫੁਲਕੇ ਮੇਰੇ ਬਣ ਗਏ ਸੀ 7:28 'ਤੇ। ਅਤੇ ਬਸ ਹੁਣ ਕਲੇਰ ਸਾਹਿਬ ਅਤੇ ਪਿੰਦਰ ਦਾ ਕਰਦੀ ਸੀਗੀ ਵੇਟ, ਮੈਂ ਕਿਹਾ ਉਹ ਆ ਜਾਣ ਵੀ ਫਿਰ ਬਹਿ ਕੇ ਖਾਂਦੇ ਹਾਂ ਖਾਣਾ, ਗਰਮੀ ਬਹੁਤ ਜ਼ਿਆਦਾ ਗੀ, ਪਰ ਬਾਹਰ ਹਵਾ ਚੱਲ ਪਈ ਹੁਣ, ਆ ਸ਼ਾਮ ਜੀ ਨੂੰ ਹਵਾ ਚੱਲੀ ਹੈ, ਪਤਾ ਨਹੀਂ ਕਿਤੇ ਨੇੜੇ ਤੇੜੇ ਮੀਂਹ ਪਿਆ, ਸ਼ਾਇਦ ਮੀਂਹ ਪਿਆ ਹੋਣਾ ਕਿਤੇ ਨੇੜੇ ਤੇੜੇ, ਹੈ ਨਾ, ਇੱਥੇ ਤਾਂ ਨਹੀਂ ਹੈਗਾ ਪਰ ਨੇੜੇ ਤੇੜੇ ਲੱਗਦਾ ਕਿਤੇ, ਹਵਾ ਜਿਹੜੀ ਬਿਲਕੁਲ ਠੰਡੀ ਠੰਡੀ ਹਵਾ ਆ ਰਹੀ ਹੈ, ਵੀ ਮੀਂਹ ਵਰਗੀ, ਜਿਵੇਂ ਮੀਂਹ ਦੀ ਹਵਾ ਆਉਂਦੀ ਹੁੰਦੀ ਹੈ, ਵੀ ਨੇੜੇ ਤੇੜੇ ਕਿਤੇ ਮੀਂਹ ਪਿਆ ਹੋਵੇ, ਐਂ ਹਵਾ ਵਧੀਆ ਠੰਡੀ ਚੱਲਦੀ ਆ। ਅਤੇ ਬਾਕੀ ਕਲੇਰ ਸਾਹਿਬ ਅਤੇ ਪਿੰਦਰ ਦਾ ਕਰਦੇ ਹਾਂ ਬੇਟਾ, ਪਿੰਦਰ ਗਿਆ ਹੋਇਆ ਜੀ, ਕਿੱਥੇ ਗਿਆ, ਦੁੱਧ ਪੀਣ, ਸ਼ਾਇਦ ਹਾਂ ਦੁੱਧ ਪੀਣ ਗਿਆ, ਕਾਫੀ ਟਾਈਮ ਤੋਂ ਮੈਂ ਤਾਂ ਭੁੱਲ ਗਈ ਸੀ, ਵੈਸੇ ਤਾਂ ਉਹ ਰੈਸਟ 'ਤੇ ਹੀ ਹੈ ਜੀ, ਕਈ ਦਿਨਾਂ ਤੋਂ ਉਹ ਬਿਮਾਰ ਹੈਗਾ, ਮੈਂ ਦੱਸਣਾ ਭੁੱਲ ਜਾਂਦੀ ਹਾਂ ਵੀਡੀਓ ਦੇ ਵਿੱਚ, ਕਹਿੰਦੇ ਨੇ ਉਹਦੇ ਨਾ ਸੈੱਲ ਘੱਟ ਗਏ, ਸੈੱਲ ਘਟੇ ਨੇਗੇ 1,16,000 ਰਹਿ ਗਏ, ਆਪਾਂ ਨੂੰ 2,00,000 ਚਾਹੀਦੇ ਨੇ, 1,16,000 ਰਹਿ ਗਏ, ਅਤੇ ਇੰਨੇ ਘੱਟ ਗਏ, ਉਹਦੇ ਨਾਲ ਟਾਈਫਾਇਡ ਆ ਗਿਆ, ਨਹੀਂ ਆਪਾਂ ਉਹਦਾ ਡ੍ਰਿਪ ਵਗੈਰਾ, ਡਾਕਟਰ ਨੇ ਤਾਂ ਕਹਿਤਾ ਸੀ ਵੀ ਇੰਨੇ ਸੈੱਲ ਘਟੇ ਹੋਏ ਨੇ, ਕਿਵੇਂ ਤੁਰਿਆ ਫਿਰਦਾ, ਵੀ ਤੇਰੇ ਤਾਂ ਹੁਣ ਵੀ ਡ੍ਰਿਪ ਵਗੈਰਾ ਲਾ ਕੇ ਵਧਾਉਣੇ ਪੈਣਗੇ ਸੈੱਲ, ਪਰ ਡ੍ਰਿਪ ਨਹੀਂ ਲਵਾ ਸਕਦੇ ਕਿਉਂਕਿ ਟਾਈਫਾਇਡ ਵੀ ਆਇਆ ਵਿੱਚ, ਫਿਰ ਇਹ ਹੁੰਦਾ ਵੀ ਅੰਦਰ ਟਾਈਫਾਇਡ, ਮਤਲਬ ਬੋਟਲ ਵਗੈਰਾ ਜਿਹੜੀ ਹੁੰਦੀ ਨੇ ਇਹ ਡ੍ਰਿਪ ਠੰਡੀ ਹੁੰਦੀ ਆ, ਹੈ ਨਾ, ਵੀ ਅੰਦਰ ਟਾਈਫਾਇਡ ਨਾ ਸੱਪੜ ਜੇ, ਫਿਰ ਇਹ ਟਾਈਫਾਇਡ ਜੇ ਅੰਦਰ ਸੱਪੜ ਜੇ ਫਿਰ ਬਹੁਤ ਜ਼ਿਆਦਾ ਔਖਾ ਹੁੰਦਾ, ਹੈ ਨਾ, ਫਿਰ ਤਾਂ ਮੁਸ਼ਕਲ ਇਲਾਜ ਹੁੰਦਾ ਇਹਦਾ, ਮਤਲਬ ਕਿ ਬਹੁਤ ਤੰਗ ਕਰਦਾ ਇਹ ਜਿਹੜਾ ਟਾਈਫਾਇਡ ਆ, ਟਾਈਫਾਇਡ ਦਾ ਬਹੁਤ ਪੈਣਾ, ਮੈਨੂੰ ਵੀ 1 ਸਾਲ ਹੋਇਆ ਸੀਗਾ, ਮੈਂ ਤਾਂ ਡਾਕਟਰ ਨੂੰ ਵੀ ਭੱਜ ਕੇ ਪੈ ਗਈ ਸੀ, ਇੰਨਾ ਕੁ ਜ਼ਿਆਦਾ ਇਹਦੇ ਸਮੈਲ ਆਉਂਦੀ ਆ, ਖਾਣ ਨੂੰ ਮਨ ਨਹੀਂ ਕਰਦਾ, ਅੱਚ ਵੀ ਲੱਗਦੀ ਆ, ਅੱਚ ਵੀ ਤਾਂ ਵੈਸੇ ਸੈੱਲਾਂ ਡਾਊਨ ਹੁੰਦੇ ਨੇ ਜਦੋਂ ਉਦੋਂ ਵੀ ਲੱਗਦੀ ਆ, ਹੈ ਨਾ, ਪਰ ਇਹ ਵੀ ਹੁਣ ਆਪਾਂ ਨਾਰੀਅਲ ਦਾ ਪਾਣੀ, ਕੀਵੀ ਵਗੈਰਾ, ਫਰੂਟ ਵਗੈਰਾ ਹੋ ਗਏ, ਜਿੱਦਾਂ ਬੱਕਰੀ ਦਾ ਦੁੱਧ ਹੋ ਗਿਆ, ਹੁਣ ਆਪਣੇ ਦੋਸਤ ਦੇ ਘਰ ਹੀ ਰੱਖੀਆਂ ਹੋਈਆਂ ਨੇ, ਉੱਥੇ ਗਿਆ ਉਹ ਪੀਣ, ਹੈ ਨਾ, ਤਾਜ਼ਾ ਹੀ ਚੋ ਕੇ, ਮਤਲਬ ਕਿ ਨੀਚੇ ਰੱਖਣਾ ਨਹੀਂ ਹੁੰਦਾ, ਉਸੇ ਟਾਈਮ ਹੀ ਪੀਣਾ ਹੁੰਦਾ, ਹੈ ਨਾ, ਅਤੇ ਬਾਕੀ ਦੇਖੋ ਤਾਂ ਪੱਤੇ ਪੁੱਤੇ ਖਾਂਦੀ ਆ ਵਧੀਆ, ਹੈ ਨਾ, ਤੱਤ ਹੁੰਦੇ ਨੇ ਇਹਦੇ ਦੁੱਧ ਦੇ ਵਿੱਚ, ਹੈ ਨਾ, ਅਤੇ ਇਸੇ ਨਾਲ ਹੀ ਕਹਿੰਦੇ ਨੇ ਵੀ ਪੂਰੇ ਹੋ ਜਾਣਗੇ, ਬੋਤਲ ਵਗੈਰਾ ਆਪਾਂ ਲਵਾਈ ਨਹੀਂ ਹੈਗੀ ਫਿਰ ਠੰਡਾ, ਉਹ ਵੀ ਸੋ ਉਹਦੇ ਕਰਕੇ ਟਾਈਫਾਇਡ ਕਰਕੇ, ਹੈ ਨਾ,
ਵੀ ਅੰਦਰ ਹੀ ਨਾ ਸੱਪੜ ਜਾਵੇ, ਫਿਰ ਅੰਦਰ ਜੇ ਰਹਿ ਜੇ ਟਾਈਫਾਇਡ ਫਿਰ ਬਹੁਤ ਔਖਾ ਹੁੰਦਾ, ਜੇ ਬਾਹਰ ਨਿਕਲ ਜੇ ਠੀਕ ਆ। ਦਵਾਈ ਟਾਈਫਾਇਡ ਦੀ ਵੀ ਆਪਾਂ ਲੈ ਲਈ, ਕੱਲ੍ਹ ਦਵਾ ਕੇ ਲਿਆਏ, ਪਰਸੋਂ ਰਿਪੋਰਟ ਕਰਵਾਈ ਸੀ, ਪਰਸੋਂ ਰਿਪੋਰਟ ਕਰਵਾਈ ਸੀ ਉਦੋਂ ਇਹ ਕਿਤੇ ਜਾ ਰਿਹਾ ਸੀ ਆਪਣੇ ਦੋਸਤ ਦੇ ਸ਼ਗਨ 'ਤੇ, ਜ਼ਿਆਦਾ ਰਿਪੋਰਟ ਆਈ ਹੈ ਬਾਅਦ ਦੇ ਵਿੱਚ, ਹੈ ਨਾ, ਜਾ ਰਿਹਾ ਸੀ ਸਰ ਜਦੋਂ ਰਿਪੋਰਟ ਆਈ ਹੈ, ਫਿਰ ਉਹ ਤਿਆਰ ਹੋਇਆ ਹੋਇਆ ਸੀ, ਇੱਦਾਂ ਹੀ ਚਲਿਆ ਗਿਆ, ਪਤਾ ਲੱਗ ਗਿਆ ਸੀ ਉਹਨੂੰ, ਪਰ ਵੀ ਮੇਰੇ ਇੰਨੇ ਕੁ ਜ਼ਿਆਦਾ ਸੈੱਲ ਡਾਊਨ ਹੋ ਗਏ, ਮੈਂ ਤਾਂ ਇੰਨਾ ਵੀ ਕਈ ਦਿਨਾਂ ਤੋਂ ਕਹੀ ਜਾਂਦਾ ਸੀ, ਘਬਰਾਹਟ ਕਰੀ ਜਾਂਦਾ ਸੀ ਬਹੁਤ ਜ਼ਿਆਦਾ, ਗੁੱਸਾ ਬਹੁਤ ਜ਼ਿਆਦਾ ਆਉਂਦਾ ਸੀ, ਕਹਿੰਦਾ ਮੰਮੀ ਮੈਨੂੰ ਪਤਾ ਨਹੀਂ ਕੀ ਹੋਇਆ, ਮੈਂ ਕਿਹਾ ਵੀ ਤੂੰ ਰਿਪੋਰਟ ਕਰਵਾ, ਚੈੱਕ ਟੈਸਟ ਵਗੈਰਾ ਕਰਵਾ ਲਾ, TLC ਵਗੈਰਾ ਮੈਂ ਕਿਹਾ ਚੈੱਕ ਕਰਵਾ ਲਾ, ਕਈ ਵਾਰ ਘਟੇ ਹੁੰਦੇ ਨੇ ਨਾ ਜਾਂ ਵਧੇ ਹੁੰਦੇ ਨੇਗੇ, ਵੀ ਉਹ ਚੈੱਕ ਕਰਵਾ ਲਾ, ਪਰ ਉਹ ਹੀ ਹੋਇਆ ਜੀ, ਫਿਰ ਦੇਖੋ ਸੈੱਲ ਘਟੇ ਆਏ ਨੇ, ਹੈ ਨਾ। ਚਲੋ ਜੀ ਚੱਲਦੇ ਕਿਚਨ ਜੀ, ਦਿਖਾਉਂਦੇ ਹਾਂ ਤੁਹਾਨੂੰ ਸਬਜ਼ੀ ਆਪਾਂ ਬਣਾ ਲਈ ਪਕੌੜੀਆਂ ਦੀ, ਹੋਰ ਕੋਈ ਸਬਜ਼ੀਆਂ ਨਹੀਂ, ਬਹੁਤ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਨੇ ਜਿਹੜੀਆਂ ਸਬਜ਼ੀਆਂ ਹੈਗੀਆਂ ਨੇਗੀਆਂ, ਬਹੁਤ ਮਹਿੰਗੀਆਂ ਨੇ, ਪਰ ਬਣਦੀਆਂ ਵੀ ਵਧੀਆ ਹੈ ਨਹੀਂ, ਜਿਵੇਂ ਕੱਦੂ ਹੋ ਗਏ ਹੁਣ ਬਿਲਕੁਲ ਵੀ ਵਧੀਆ ਨਹੀਂ ਬਣਦੇ ਹੈਗੇ, ਪੇਠਾ ਕਲੇਰ ਸਾਹਿਬ ਨਹੀਂ ਖਾਂਦੇ ਹੈਗੇ, ਭਿੰਡੀਆਂ ਵਗੈਰਾ ਨਾਲ ਫਿਰ ਆਪਾਂ ਨੂੰ ਸੁੱਕੀ ਸਬਜ਼ੀ ਨਾਲ ਇੰਨਾ ਸਰਦਾ ਨਹੀਂ ਹੈਗਾ, ਮਤਲਬ ਕਿ ਇਹ ਹੋ ਜਾਂਦਾ ਮੈਨੂੰ ਵੀ, ਫਿਰ ਬੱਚੇ ਖੁਸ਼ ਹੋ ਕੇ ਨਹੀਂ ਖਾਂਦੇ, ਜਿੰਨਾ ਹੀ ਮਤਲਬ ਗਰੇਵੀ ਵਾਲੀ ਸਬਜ਼ੀ ਨਾਲ ਰੋਟੀ ਰੱਜ ਕੇ ਖਾਧੀ ਜਾਂਦੀ ਹੈ ਨਾ, ਉਹਨੂੰ ਸੁੱਕੀ ਸਬਜ਼ੀ ਨਾਲ ਨਹੀਂ ਖਾਂਦੇ ਹੈਗੇ, ਇਹਨਾਂ ਨੂੰ ਵਧੀਆ ਲੱਗਦੀ, ਜਾਂ ਮੂੰਗੀਆਂ ਦਾਲਾਂ ਹੋਣ ਜਾਂ ਕੱਦੂ ਤੋਰੀ ਇਸ ਤਰ੍ਹਾਂ ਦੀਆਂ, ਹੈ ਨਾ, ਸਬਜ਼ੀਆਂ ਹੋਣ, ਉਹ ਵਧੀਆ ਲੱਗਦੀਆਂ ਨੇਗੀਆਂ। ਚਲੋ ਜੀ ਦਿਖਾਉਣੇ ਤੁਹਾਨੂੰ ਕਿਚਨ 'ਚ, ਅੱਜ ਸਬਜ਼ੀ ਬਣਾ ਲਈ ਅਤੇ ਹੁਣ ਮੇਰੇ ਤਾਂ ਹੇਅਰ ਕਲਰ ਵੀ ਲਾਉਣ ਵਾਲਾ ਹੋ ਗਿਆ, ਦੇਖਦੇ ਹਾਂ ਕੱਲ੍ਹ ਪਰਸੋਂ ਤੱਕ, ਕੱਲ੍ਹ ਨੂੰ ਸ਼ਾਇਦ ਮੰਗਲਵਾਰ, ਕੱਲ੍ਹ ਨੂੰ ਹੇਅਰ ਵਾਸ਼ ਕਰਨਾ, ਮੰਗਲਵਾਰ ਨੂੰ ਨਹੀਂ ਕਰਦੇ, ਮੰਗਲਵਾਰ ਵੀਰਵਾਰ ਦੋ ਦਿਨ ਨੇ, ਬਾਕੀ ਦਿਨ ਆਪਾਂ, ਵੈਸੇ ਮੈਂ ਵਹਿਮ ਕਰਦੀ ਨਹੀਂ ਹੁੰਦੀ, ਪਰ ਹੁਣ ਦੇਖੋ ਚਲੋ ਜੀ ਜਦੋਂ ਇੱਥੇ ਕਰਦੇ ਨੇ, ਹੈ ਨਾ, ਪੇਕੇ ਬੇਸ਼ੱਕ ਆਪਾਂ ਕਿ ਮਈ ਸੀ, ਪਰ ਸਹੁਰੇ ਉਹਨਾਂ ਦੀ ਮੰਨਣੀ ਪੈਂਦੀ ਹੈ ਜੀ, ਹੈ ਨਾ, ਇਹ ਗੱਲ ਤਾਂ ਹੈਗੀ ਹੈ, ਮੰਨਦੇ ਹੋ ਤੁਸੀਂ, ਹੈ ਨਾ। ਚਲੋ ਜੀ ਚੱਲਦੇ ਹਾਂ, ਤੁਹਾਨੂੰ ਕਿਚਨ 'ਚ ਪਹਿਲਾਂ ਸਬਜ਼ੀ ਦਿਖਾਉਂਦੇ ਹਾਂ। ਲਓ ਜੀ ਸਬਜ਼ੀ ਬਣ ਕੇ ਆਪਣੀ ਤਿਆਰ ਆ, ਅਤੇ 7:28 'ਤੇ ਜਿਵੇਂ ਕਿ ਦੱਸਿਆ ਅੱਜ ਮੇਰਾ ਖਾਣਾ ਹੋ ਗਿਆ ਸੀ ਰੈਡੀ, ਅਤੇ ਚਲੋ ਜੀ ਉਸ ਤੋਂ ਬਾਅਦ ਇਹ ਨੈਕਸਟ ਡੇ ਆ, ਅਤੇ ਦੇਖੋ ਇੱਥੇ ਮੈਂ ਬੇਟਾ ਸੁੱਤਾ ਹੋਇਆ ਸੀ, ਕਿਉਂਕਿ ਤੁਹਾਨੂੰ ਪਤਾ ਹੀ ਉਹ ਥੋੜ੍ਹਾ ਬਿਮਾਰ ਹੈਗਾ, ਅਤੇ ਮੈਂ ਆਪਣੇ ਆਪ 'ਚ ਹੱਸ ਵੀ ਰਹੀ ਸੀ, ਆਪਣਾ ਫੇਸ ਆਪ ਵੀ ਦੇਖ ਰਹੀ ਸੀ, ਅਤੇ ਭਾਈ ਜਿਹੜਾ ਭੈਣ ਆ, ਪਤਾ ਨਹੀਂ ਭਾਈ ਹੈ, ਮੈਨੂੰ ਕਾਲੀ ਕਲੋਟੀ ਹੋਈ, ਉਹਨੂੰ ਮੈਂ ਲੱਗਦੀ ਹੈਗੀ, ਮਤਲਬ ਕਿ ਉਹਦਾ ਕਹਿਣਾ ਵੀ ਕਿੰਨਾ ਮਰਜ਼ੀ ਕੁਛ ਲਾ ਲਓ ਪਰ ਰੰਗ ਕਲਰ ਜਿਹੜਾ ਕਾਲਾ ਹੀ ਰਹਿਣਾ, ਮੇਰਾ ਬਲੈਕ ਕਲਰ ਨਹੀਂ ਹੈਗਾ, ਮੇਰਾ ਵਾਈਟ ਕਲਰ ਆ, ਨਾਲੇ ਰੰਗ ਹੁੰਦਾ, ਰੰਗ ਮੇਰਾ ਗੋਰਾ, ਕਲਰ ਨੂੰ ਕਿਹੜਾ ਮੈਂ ਮੇਰੇ 'ਤੇ ਉਹ ਕਰਿਆ ਹੋਇਆ ਹੈਗਾ, ਅਤੇ ਰੰਗ ਮੇਰਾ ਗੋਰਾ ਬਿਲਕੁਲ, ਅਤੇ ਦੇਖ ਸਕਦੇ ਹੋ ਆਪ 1-10 ਸਾਲ ਬਾਅਦ ਦੀ ਵਿਆਹ ਦੇ ਵਿੱਚ ਤੋਂ ਮੇਰੀ, ਹੈ ਨਾ। ਮੈਂ ਕਿਹਾ ਚਲੋ ਦਿਖਾ ਦੇਵਾਂ, ਕਿਉਂਕਿ ਵਿਚਾਰਿਆਂ ਨੂੰ, ਇਹਨਾਂ ਨੂੰ ਟੈਨਸ਼ਨ ਸੀ, ਪਤਾ ਨਹੀਂ ਭੈਣ ਆ ਭਾਈ ਆ, ਬਹੁਤ ਜ਼ਿਆਦਾ ਫਿਕਰ ਹੁੰਦੀ ਇਹਨਾਂ ਨੂੰ, ਚੰਗੇ ਕਮੈਂਟ ਤਾਂ ਕਰਨੇ, ਜਦੋਂ ਇਸ ਤਰ੍ਹਾਂ ਮੈਂ ਆਪਣਾ ਕੋਈ ਰੰਗ ਗੋਰਾ ਕਰਦੀ, ਇਹਨਾਂ ਨੂੰ ਇਹ ਹੋ ਜਾਂਦਾ ਵੀ ਕਿਤੇ ਬਾਹਲੀ ਗੋਰੀ ਨਾ ਹੋ ਜਾਵੇ, ਹੈ ਨਾ। ਵੈਸੇ ਮੈਂ ਰੰਗ ਤਾਂ ਗੋਰਾ ਨਹੀਂ ਕਰਦੀ, ਵੈਸੇ ਆਪਣਾ ਫੇਸ ਸਾਫ਼ ਕਰਨ ਲਈ ਲਾ ਲੈਂਦੀ ਇੱਦਾਂ ਕੁਛ, ਬਾਕੀ ਕਿਸੇ ਨੂੰ ਕੋਈ ਪ੍ਰੋਬਲਮ ਮੈਨੂੰ ਲੱਗਦਾ ਹੋਣੀ ਨਹੀਂ ਚਾਹੀਦੀ, ਹੈ ਨਾ। ਇਹਨਾਂ ਨੂੰ ਟੈਨਸ਼ਨ ਪੈ ਜਾਂਦੀ ਹੈ, ਪਤਾ ਨਹੀਂ ਕਿਉਂ, ਚੰਗਾ ਕਮੈਂਟ ਨਹੀਂ ਕਰਨਾ, ਕਿਸੇ ਦਾ ਹਾਲ ਚਾਲ ਨਹੀਂ ਪੁੱਛਣਾ, ਕਿਸੇ ਨੂੰ ਦੋ ਬੋਲ ਚੰਗੇ ਨਹੀਂ ਕਹਿਣੇ ਹੈਗੇ, ਹੈ ਨਾ। ਪਰ ਚਲੋ ਕੋਈ ਗੱਲ ਨਹੀਂ, ਆਪਾਂ ਟੈਨਸ਼ਨ ਬਿਲਕੁਲ ਵੀ ਨਹੀਂ ਲੈਂਦੇ ਹੈਗੇ, ਤੁਹਾਨੂੰ ਪਤਾ ਹੀ ਹੈ ਮੈਂ ਟੈਨਸ਼ਨ ਫਰੀ ਰਹਿੰਦੀ ਹਾਂ, ਟੈਨਸ਼ਨ ਲੈਣ ਵਾਲੀ ਹੁੰਦੀ ਤਾਂ ਅੱਜ ਨੂੰ ਪਤਾ ਨਹੀਂ ਕਿੱਥੇ ਹੋਣਾ ਸੀ, ਕਿਹੜੇ ਕੋਨੇ ਦੇ ਵਿੱਚ ਮੈਂ ਲੱਗੀ ਹੋਣੀ ਸੀਗੀ, ਕਿਉਂਕਿ ਮੈਂ ਬਿਲਕੁਲ ਟੈਨਸ਼ਨ ਫਰੀ ਹਾਂ, ਮੈਂ ਕਿਸੇ ਦੀ ਵੀ ਟੈਨਸ਼ਨ ਨਹੀਂ ਲੈਂਦੀ, ਮੈਂ ਆਪਣੇ ਆਪ ਦੇ ਵਿੱਚ ਮਸਤ ਹਾਂ, ਅਤੇ ਆਪਣੀ ਮਸਤੀ ਦੇ ਨਾਲ ਆਪਣੇ ਘਰ ਦੇ ਜਿਹੜੇ ਕੰਮ ਕਾਰ ਕਰਦੀ ਹਾਂ। ਅਤੇ ਚਲੋ ਬੋਲਣਾ ਜ਼ਰੂਰੀ ਸੀਗਾ, ਕਹਿਣਾ ਜ਼ਰੂਰੀ ਸੀ ਵੀ, ਕਿਉਂਕਿ ਇੱਕ ਭੈਣ ਨੇ ਉੱਥੇ ਜਵਾਬ ਵੀ ਦਿੱਤਾ, ਮੈਨੂੰ ਬਹੁਤ ਵਧੀਆ ਲੱਗਿਆ, ਅਤੇ ਉਹ ਭੈਣ ਦਾ ਬਹੁਤ ਬਹੁਤ ਧੰਨਵਾਦ ਵੀ, ਹੈ ਨਾ, ਜੋ ਮੇਰੇ ਲਈ ਬੋਲਿਆ, ਬਹੁਤ ਬਹੁਤ ਧੰਨਵਾਦ ਭੈਣੇ ਤੇਰਾ। ਅਤੇ ਲਓ ਜੀ ਇੱਥੇ ਲੱਗ ਗਈ ਸੀਗੀ ਕੁਝ ਕੁ ਪੋਟ ਮੈਂ ਪੇਂਟ ਕਰਨ, ਕਿਉਂਕਿ ਬਹੁਤ ਜ਼ਿਆਦਾ ਗੰਦੇ ਲੱਗਦੇ ਸੀ, ਵਾਈਟ ਪੇਂਟ ਕਰਤਾ ਸੀਗਾ ਮੈਂ ਇਹਨਾਂ ਨੂੰ, ਮੈਂ ਕਿਹਾ ਵੀ ਚਲੋ ਫ੍ਰੀ ਬੈਠੀ ਸੀ ਥੋੜ੍ਹਾ ਜਿਹਾ,
ਦੁਪਹਿਰ ਟਾਈਮ। ਮੈਂ ਕਿਹਾ ਚਲੋ ਕੋਈ ਨਾ ਕੋਈ ਕੰਮ ਕਰ ਲੈ ਇੱਥੇ ਜਾਣਾ ਨਾ, ਕਿਉਂਕਿ ਮੇਰੇ ਤੋਂ ਬੇਲੀ ਤੋਂ ਬੈਠਾ ਅੜ ਜਾਂਦੀ। ਇੱਕ ਭੈਣ ਹੱਸਦੀ ਵੀ ਸੀ, ਉਹ ਕਹਿੰਦੀ ਸੀ ਭੈਣੇ ਤੇਰਾ ਕੋਈ ਹਾਲ ਨਹੀਂ, ਇੰਨੀ ਗਰਮੀ ਹੈ ਵੀ ਅਸੀਂ ਤਾਂ ਮਤਲਬ ਕਿ ਰੋਟੀਆਂ ਹੀ ਮਸਾਂ ਬਣਾਉਂਦੇ ਹਾਂ ਹੈ ਨਾ। ਪਰ ਭੈਣੇ ਮੈਨੂੰ ਆਦਤ ਨਹੀਂ ਹੈਗੀ, ਜੇ ਮੈਂ ਪੈ ਵੀ ਜਾਂਦੀ ਇੱਕਦਮ ਬੜਬੜਾ ਕੇ ਜੀ ਉੱਠਦੀ ਹਾਂ ਮੈਂ ਤਾਂ, ਹੈ ਨਾ, ਮੈਨੂੰ ਬਿਲਕੁਲ ਨੀਂਦ ਉਹ ਆ। ਪਰ ਕੰਮ ਕਾਰ ਦੇਖੋ ਅੰਦਰ ਵੈਸੇ ਵੀ ਕੋਈ ਗਰਮੀ ਨਹੀਂ ਲੱਗੀ ਹੈ ਲੱਗਦੀ ਹੈਗੀ, ਹੈ ਨਾ। ਪਰ ਜਿਹੜੇ ਬਾਹਰ ਦੇਖੋ ਖੇਤਾਂ ਦੇ ਵਿੱਚ ਕੰਮ ਕਰਦੇ ਨੇ, ਹੈ ਨਾ, ਉਹ ਵੀ ਤਾਂ ਵਿਚਾਰੇ ਕੰਮ ਕਰ ਹੀ ਰਹੇ ਨੇ, ਆਪਾਂ ਤਾਂ ਫਿਰ ਵੀ ਘਰ ਦੇ ਵਿੱਚ ਆ ਸੱਤ ਹੇਠਾਂ, ਹੈ ਨਾ। ਅਤੇ ਬਾਕੀ ਚਲੋ ਆਪਣੇ ਆਪਣੀ ਹੈ ਨਾ ਆਦਤ ਹੋ ਜਾਂਦੀ ਆ। ਮੈਂ ਕਲੇਰ ਸਾਹਿਬ ਨੂੰ ਵੀ ਕਿਹਾ ਦੇਖੋ, ਮੈਂ ਕਿਹਾ ਕਿੰਨੀ ਫਿਕਰ ਆ ਨਾ ਉਹਨਾਂ ਨੂੰ ਵੀ ਭੈਣ ਨੇ ਦੇਖ ਲਓ, ਹੈ ਨਾ। ਮੈਂ ਕਿਹਾ ਮੈਨੂੰ ਕਿਹਾ, ਉਹ ਹੱਸ ਰਹੇ ਸੀ, ਮੈਂ ਵੀ ਹੱਸ ਰਹੀ ਸੀ। ਮੈਂ ਕਿਹਾ ਇੰਨੀ ਟੈਨਸ਼ਨ ਆ ਦੇਖ ਲਓ ਉਹਨਾਂ ਨੂੰ, ਹੈ ਨਾ, ਇੱਕ ਦੂਜੇ ਨੂੰ ਜਾਣਦੇ ਵੀ ਨਹੀਂ। ਇਹੀ ਹੁੰਦਾ ਜੀ ਇੱਦਾਂ ਹੀ ਤੁਹਾਡਾ ਪਿਆਰ ਜਿਹੜਾ ਬਣਿਆ ਰਹੇ, ਹੋਰ ਆਪਾਂ ਨੂੰ ਕੀ ਚਾਹੀਦਾ। ਇੱਥੇ ਆਪਾਂ ਤੁਹਾਡਾ ਪਿਆਰ ਹੀ ਕਮਾਉਣ ਆਏ, ਕੋਈ ਨਫ਼ਰਤ ਆਪਾਂ ਨਹੀਂ ਕਮਾਉਣ ਆਏ ਹੈਗੇ, ਹੈ ਨਾ। ਅਤੇ ਇਸੇ ਤਰ੍ਹਾਂ ਹੀ ਪਿਆਰ ਜਿਹੜਾ ਦਿੰਦੇ ਰਹੋ ਆਪਣੀ ਛੋਟੀ ਭੈਣ ਨੂੰ, ਵੱਡੀ ਭੈਣ ਨੂੰ, ਹੈ ਨਾ। ਅਤੇ ਇਸੇ ਤਰ੍ਹਾਂ ਹੀ ਸਾਥ ਮੇਰਾ ਤੁਹਾਡੇ ਨਾਲ ਜਿਹੜਾ ਬਣਿਆ ਰਹੇ, ਅਤੇ ਵਧੀਆ ਲੱਗਦਾ ਇਸ ਤਰ੍ਹਾਂ, ਹੈ ਨਾ। ਜਦੋਂ ਤੁਸੀਂ ਮੈਨੂੰ ਕਿਸੇ ਗੱਲ ਲਈ ਡਾਂਟਦੇ ਹੋ ਜਾਂ ਮੈਨੂੰ ਸਪੈਸ਼ਲੀ ਕਹਿੰਦੇ, ਉਹ ਮੈਨੂੰ ਬਹੁਤ ਵਧੀਆ ਲੱਗਦਾ। ਪਰ ਜਿਹੜੇ ਥੋੜ੍ਹੇ ਜਿਹੇ ਇੱਦਾਂ ਦੇ ਕਮੈਂਟ ਹੋ ਜਾਂਦੇ ਨੇ, ਜਿਵੇਂ ਉਹਨਾਂ ਨੇ ਕਿਹਾ ਵੀ ਰੰਗ ਕਾਲਾ, ਜਾਂ ਇਹ ਹੈਗੇ ਇੱਕ ਹੀ ਨੇ, ਕ੍ਰੀਏਟੀਵਿਟੀ ਕੋਈ ਇੱਕੋ ਹੀ ਨੇ ਇਹਨਾਂ ਨੇ, ਬਸ ਜਿੱਦਾਂ ਇਹ ਭਾਲ ਭਾਲ ਕੇ ਵੀਡੀਓ ਨੂੰ ਵਿੱਚੋਂ ਨੁਕਸ ਕੱਢਦੇ ਨੇ, ਮਾੜੀ ਮਾੜੀ ਗੱਲ ਦਾ ਨੁਕਸ ਕੱਢ ਕੇ ਉਹ ਕਰ। ਚਲੋ ਕੋਈ ਗੱਲ ਨਹੀਂ ਜੀ, ਸੋਚ ਹੈ ਇਹਨਾਂ ਦੀ, ਹੈ ਨਾ, ਆਪਾਂ ਕੀ ਕਰ ਸਕਦੇ ਹਾਂ, ਕਿਸੇ ਦੀ ਸੋਚ 'ਤੇ ਕੁਛ ਨਹੀਂ ਕਰਿਆ ਜਾ ਸਕਦਾ। ਸਵੀਟ ਦਾ ਐਂਡ ਕਰਦੇ ਹਾਂ, ਤੁਹਾਡੇ 102 ਸਵਾਲਾਂ ਨੇ ਜਵਾਬ ਦੇ ਕੇ, ਕਈ ਭੈਣਾਂ ਦੇ ਕਮੈਂਟ ਆਏ ਹੋਏ ਨੇ, 2-3 ਭੈਣਾਂ ਦੇ ਕਮੈਂਟ ਆਏ ਹੋਏ ਨੇ ਹੇਅਰ ਪੈਕ ਨੂੰ ਲੈ ਕੇ, ਜਿਹੜਾ ਚੌਲਾਂ ਵਾਲਾ। ਅਤੇ ਜਿਹੜਾ ਚੌਲ ਨੇ ਉਹ ਆਪਾਂ ਨੇ ਭਿਉਣੇ ਨੇ, 2-3 ਘੰਟੇ ਲਈ ਭਿਉਂ ਕੇ ਰੱਖਣੇ ਨੇ। ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਓ, ਧੋ ਲਓ, ਉਸ ਤੋਂ ਬਾਅਦ ਉਹਨਾਂ ਨੂੰ 2-3 ਘੰਟੇ ਲਈ ਭਿਉਂ ਦਿਓ। ਫਿਰ ਮਸਲ ਕਿ ਜਿਹੜਾ ਉਹਨਾਂ ਦਾ ਪਾਣੀ ਹੈਗਾ ਉਹ ਛਾਣ ਲਓ। ਛਾਣ ਕੇ ਪਾਣੀ ਦੇ ਵਿੱਚ ਆਪਾਂ ਜੋ ਵੀ ਤੁਸੀਂ ਕੋਈ ਸ਼ੈਂਪੂ ਯੂਜ਼ ਕਰਦੇ ਉਹ ਮਿਕਸ ਕਰੋ, ਮਿਕਸ ਕਰਕੇ ਆਪਣੇ ਵਾਲ ਜਿਹੜੇ ਉਹਦੇ ਨਾਲ ਧੋ ਲਓ ਪਾਣੀ ਨਾਲ, ਬਸ ਇਹੀ ਕਰਨਾ, ਹੋਰ ਕੁਛ ਨਹੀਂ ਹੈਗਾ। ਅਤੇ ਨੈਕਸਟ ਕੁਐਸਚਨ ਸੀਗਾ, ਇੱਕ ਭੈਣ ਨੇ ਕਿਹਾ ਸੀ ਜਿਹੜੀ ਬੈੱਡ ਸ਼ੀਟ ਮੈਂ ਮੰਗਵਾਈ ਉਹਦਾ ਸਾਈਜ਼ ਦੱਸਿਓ। ਵੈਸੇ ਤਾਂ ਭੈਣੇ ਉਹ ਕਿੰਗ ਸਾਈਜ਼ ਹੀ ਆ, ਗਲੇਸ ਕੋਟਨ ਆ ਜਿਹੜਾ ਉਹਦਾ ਫੈਬਰਿਕ ਆ। ਅਤੇ ਬਾਕੀ ਤੁਹਾਨੂੰ ਮੈਂ ਲਿੰਕ ਦੋਨਾਂ ਦੇ ਹੀ, ਹੈ ਨਾ, ਮੈਂ ਭੇਜਦਾ, ਤੁਸੀਂ ਚੈੱਕ ਕਰ ਲਿਓ ਉੱਥੇ, ਜੋ ਵੀ ਕੋਈ ਉਹਨਾਂ ਦਾ ਹੋਊਗਾ ਡਿਸਕਾਊਂਟ ਵਗੈਰਾ ਵੀ ਸ਼ਾਇਦ ਹੋਵੇ, ਉਹ ਤੁਹਾਨੂੰ ਮਿਲ ਜੂਗਾ। ਮੈਂ ਲਿੰਕ ਦੋਨੋਂ ਬੈੱਡ ਸ਼ੀਟਾਂ ਤੁਹਾਨੂੰ ਭੇਜਦੇ, ਤੁਹਾਡੀ ਆਈਡੀ 'ਤੇ ਭੇਜੇ ਨੇਗੇ, ਠੀਕ ਆ ਜੀ। ਇੱਕ ਹੋਰ ਕਮੈਂਟ ਸੀਗਾ ਭੈਣ ਦਾ, ਕੁਐਸਚਨ ਸੀਗਾ, ਮੈਂ ਭੁੱਲ ਜਾਂਦੀ, ਇੱਕ ਤਾਂ ਕਾਫੀ ਹੋ ਜਾਂਦੇ ਨੇ, ਮੈਂ ਦੇਖ ਲਾ ਪਹਿਲਾਂ। ਭੈਣ ਪੁੱਛ ਰਹੀ ਸੀ ਮੇਰੇ ਬੈੱਡ ਦਾ ਰੇਟ ਵੀ ਕਿੰਨੇ ਦਾ ਆਇਆ, ਹੁਣ ਮੇਰੇ ਕੁਛ ਯਾਦ ਨਹੀਂ ਜੀ, ਮੈਂ ਪੁੱਛ ਕੇ ਆਪਣੇ ਬੇਟੇ ਨੂੰ ਫਿਰ ਤੁਹਾਨੂੰ ਦੱਸ ਦੂੰਗੀ, ਹੈ ਨਾ, ਕੱਲ੍ਹ ਵਾਲੇ ਵੀਡੀਓ ਦੇ ਵਿੱਚ ਜ਼ਰੂਰ ਦੱਸੂਗੀ, ਜਾਂ ਤੁਹਾਨੂੰ ਮੈਂ ਰਿਪਲਾਈ ਦੇ ਦੂੰਗੀ ਉਸੇ ਤੁਹਾਡੀ ਆਈਡੀ 'ਤੇ, ਠੀਕ ਆ ਜੀ। ਇਹ ਸੀ ਅਤੇ ਅੱਜ ਦਾ ਵੀਡੀਓ ਆਪਾਂ ਇੱਥੇ ਐਂਡ ਕਰਦੇ ਹਾਂ, ਕਿਉਂਕਿ ਫਿਰ ਵੀਡੀਓ ਕਾਫੀ ਲੰਮਾ ਹੋ ਜਾਂਦਾ ਹੈਗਾ। ਅਤੇ ਚਲੋ ਜੀ, ਫਿਰ ਮਿਲਦੇ ਹਾਂ ਕੱਲ੍ਹ ਨੂੰ ਤੁਹਾਨੂੰ ਵਧੀਆ ਜੀ ਬਲੌਗ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ, ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਖੁਸ਼ਹਾਲ ਰਹੋ। ਬਾਏ ਬਾਏ, ਟੇਕ ਕੇਅਰ।